ਜ਼ਿਲ੍ਹਾ ਪ੍ਰਧਾਨ PSM ਜੂ ਸੰਗਰੂਰ ਕੀ ਕਾਰਨ ਹੈ ਤੁਹਾਨੂੰ ਹੜਤਾਲ ਕਰਨ ਦਾ? ਹੜਤਾਲ ਦਾ ਕਾਰਨ ਇਹ ਹੈ ਜੀ, ਸਾਡਾ ਜਿਹੜਾ ਪੇ ਕਮਿਸ਼ਨ ਆ, ਸਰਕਾਰ ਨੇ ਜਦੋਂ ਸਰਕਾਰ ਆਪਣੀ ਆਈ ਆ ਕਾਂਗਰਸ ਦੀ, ਤਾਂ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਅਸੀਂ ਪਹਿਲੀ ਕੈਬਨਿਟ ਦੀ ਮੀਟਿੰਗ ਦੇ ਵਿੱਚ ਇਹ ਪੇ ਸਕੇਲ ਦੇ ਦਾਂਗੇ। ਪਰੰਤੂ ਬੜੇ ਹੀ ਖੇਦ ਨਾਲ ਮੈਨੂੰ ਇਹ ਕਹਿਣਾ ਪੈ ਰਿਹਾ, ਉਹਨਾਂ ਨੇ 4.5 ਸਾਲ ਬਾਅਦ ਜਿਹੜਾ ਇਹ ਸਕੇਲ ਆ ਉਹ ਦਿੱਤਾ, ਉਹ ਵੀ ਇੰਨਾ ਕੁ ਘਟੀਆ ਜਿਹਦੇ ਵਿੱਚ ਹਰ ਇੱਕ ਮੁਲਾਜ਼ਮ, ਹਰ ਇੱਕ ਵਰਗ ਦਾ ਮੁਲਾਜ਼ਮ ਜਿਹੜਾ ਹੈਗਾ ਆ, ਚਾਹੇ ਉਹ ਡਾਕਟਰ ਹੋਣ, ਚਾਹੇ ਉਹ ਕਲਰਕ ਹੋਣ, ਚਾਹੇ ਉਹ ਕੋਈ ਹੋਰ ਕੈਟਾਗਰੀਜ਼ ਹੋਣ, ਸਰਕਾਰ ਨੇ ਇੰਨਾ ਕੁ ਪੱਠਾ ਬਿਠਾਤਾ ਵੀ ਜਿਹੜਾ ਨਾਮ ਬਰਦਾਸ਼ਤਯੋਗ ਆ। ਜੇ ਸਰਕਾਰ ਤੁਹਾਡੀ ਮੰਗਾਂ ਨਹੀਂ ਮੰਨਦੀ ਫਿਰ? ਦੇਖੋ ਜੀ, ਆਪਣੇ ਅਸੀਂ ਹੱਕਾਂ, ਜਾਇਜ਼ ਹੱਕਾਂ ਲਈ ਲੜ ਰਹੇ ਹਾਂ। ਜੇ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨੂਗੀ, ਜੋ ਸਾਡੇ ਤੋਂ ਜਾਇਜ਼ ਹੋਊਗਾ, ਜੋ ਸਾਡੇ ਤੋਂ ਸਰਕਾਰ ਦੇ ਅਗੇਂਸਟ ਹੋਊਗਾ, ਚਾਹੇ ਉਹ ਕਿਸੇ ਕੈਬਨਿਟ ਮੰਤਰੀ ਦਾ ਘਿਰਾਓ ਕਰਨਾ ਪਵੇ, ਚਾਹੇ ਸਾਨੂੰ ਕੋਈ ਹਾਈਵੇ ਜਾਮ ਕਰਨੇ ਪੈਣ, ਅਸੀਂ ਉਹ ਕਰਾਂਗੇ ਜੀ। ਚੰਦ ਸੀਨੀਅਰ ਸਹਾਇਕ, ਪੇ ਕਮਿਸ਼ਨ ਦੇ ਬਾਰੇ 'ਚ ਸਾਡਾ ਕਈ ਦਿਨਾਂ ਤੋਂ 22 ਤਰੀਕ ਤੋਂ ਹੜਤਾਲ ਚੱਲ ਰਹੀ ਹੈ। ਉਹ ਹੜਤਾਲ ਦਾ ਜਿਹੜਾ ਕਾਰਨ ਹੈ, ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ, ਜਿਹੜਾ ਸਾਡਾ ਰੋਸ ਹੈ, ਉਹ ਇਹ ਹੈ ਕਿ ਅਕਾਲੀ ਸਰਕਾਰ ਵੇਲੇ ਇੱਕ ਕਮੇਟੀ ਬਣਾਈ ਇਹਨਾਂ ਨੇ, ਸਬ ਕਮੇਟੀ, ਕਿ ਕੁਛ ਅਨੋਮਲੀਆਂ ਸੀ ਕਲਰਕਾਂ ਦੇ ਸਕੇਲ 'ਚ ਵੀ ਉਹਨੂੰ ਦੂਰ ਕੀਤਾ ਜਾਵੇ। ਕਲਰਕ ਦਾ ਸਕੇਲ ਪਹਿਲਾਂ ਬਹੁਤ ਥੱਲੇ ਸੀ, ਤਾਂ ਉਹਨਾਂ ਨੇ 1-12-11 ਤੋਂ, 1-10-11 ਤੋਂ ਅਨੋਮਲੀਆਂ ਨੂੰ ਦੂਰ ਕਰਨ ਵਾਸਤੇ, ਉਹਨਾਂ ਦਾ ਘਾਟਾ ਪੂਰਾ ਕਰਨ ਵਾਸਤੇ ਇੱਕ ਸਬ ਕਮੇਟੀ ਬਣਾਈ, ਉਹਨੇ ਰਿਪੋਰਟ ਦਿੱਤੀ ਜਿਹੜੀ ਕਿ ਕੈਬਨਿਟ ਪੱਧਰ ਦੀ ਸੀ। ਔਰ ਉਹਨੂੰ ਮੈਂ ਅਸੀਂ ਸੰਵਿਧਾਨਕ ਹੀ ਮੰਨਦੇ ਹਾਂ। ਸੰਵਿਧਾਨਕ ਤੌਰ 'ਤੇ ਕੈਬਨਿਟ ਜਿਹੜਾ ਕੋਈ ਡਿਸੀਜਨ ਲੈਂਦੀ ਹੈ, ਇਹ ਲੋਕਾਂ ਦੀ ਸਰਕਾਰ ਹੈ, ਲੋਕਾਂ ਦੀ ਸਰਕਾਰ ਨੇ ਇਹ ਡਿਸੀਜਨ ਲਿਆ ਕਿ ਵੀ ਇਹਨਾਂ ਦੇ ਸਕੇਲ ਘੱਟਦੇ ਨੇ, ਇਹਨਾਂ ਨੂੰ ਸਕੇਲ ਦਿੱਤੇ ਜਾਣ। ਹੁਣ ਨਵੀਂ ਗੌਰਮੈਂਟ ਕੀ ਕਰ ਰਹੀ ਹੈ, ਇਹਨਾਂ ਦੀ ਆਪਸ 'ਚ ਵੀ ਜਿਹੜੀ ਖੁੰਦਕਾਂ ਨੇ, ਉਹਦੇ 'ਚ ਵਿਚਾਰਾ ਮੁਲਾਜ਼ਮ ਪੀਸਿਆ ਜਾ ਰਿਹਾ ਹੈ। ਮੁਲਾਜ਼ਮ ਕਿਵੇਂ ਪੀਸਿਆ ਜਾ ਰਿਹਾ ਹੈ? ਇਹ ਕੈਬਨਿਟ ਦੇ ਡਿਸੀਜਨ ਨੂੰ ਜਿਹੜੇ ਪਹਿਲਾਂ ਲਏ ਨੂੰ, ਇਹ ਉਹਨੂੰ ਗੈਰ ਸੰਵਿਧਾਨਕ ਦੱਸ ਰਹੇ ਨੇ ਵੀ ਦੇਖੋ ਜੀ, ਕਲਰਕਾਂ ਨੂੰ ਤੁਸੀਂ ਬਹੁਤ ਵੱਧ ਇਨਹਾਂਸ ਕਰਤੀ ਸਕੇਲ ਉਹਨਾਂ ਦੇ, ਉਹਨਾਂ ਨੂੰ ਵੱਧ ਫਾਇਦਾ ਦੇਤਾ ਜੀ। ਉਹ ਹੁਣ ਇਹਨਾਂ ਨੇ ਖੁੰਦਕ ਦੇ ਮਾਰੇ, ਚਾਚਾ ਭਤੀਜਾ ਦੀ ਜੋੜੀ ਨੇ, ਹੁਣ ਉਹਨਾਂ ਨੇ ਇਹ ਕਰ ਲਿਆ ਕਿ ਉਹ ਸਕੇਲ ਅਸੀਂ ਰਹਿਣ ਨਹੀਂ ਦੇਣੇ, ਤਾਂ ਜੋ ਅਕਾਲੀ ਗੌਰਮੈਂਟ ਵੱਲੋਂ ਦਿੱਤੇ ਸਕੇਲ ਵਾਪਸ ਲਏ ਜਾਣ, ਅਤੇ ਉਹਨਾਂ ਦੀ ਉਪਲਬਧੀਆਂ ਦੇ ਵਿੱਚ ਇਹ ਕਿਤੇ ਵੀ ਕਾਊਂਟ ਨਾ ਹੋਵੇ। ਉਹ ਜਿਹੜੀ ਇਹਨਾਂ ਦੀ ਖੁੰਦਕ ਦੇ ਵਿੱਚ ਮੁਲਾਜ਼ਮ ਜਿਹੜਾ ਪਿਸ ਰਿਹਾ ਹੈ, ਉਹਦੇ 'ਚ ਇਹ ਹੋ ਗਿਆ, ਇਹਨਾਂ ਨੇ ਇੱਕ ਨਵਾਂ ਜਿਹੜਾ ਕਿ ਸੈਂਟਰ ਗੌਰਮੈਂਟ ਨੇ ਵੀ ਨਹੀਂ ਕ੍ਰੀਏਟ ਕੀਤਾ, ਉਹ 2025 ਦਾ ਇੱਕ ਨਵਾਂ ਫਾਰਮੂਲਾ ਲਿਆਂਦਾ ਹੈ ਵੀ ਜਿਹੜਾ ਬੰਦਾ 1-12-11 ਜਾਂ 1-10-11 ਨੂੰ ਸਕੇਲ ਅਨਹਾਂਸ ਹੋਏ ਚੀਜ਼ਾਂ ਦੇ, ਉਹਨਾਂ ਦਾ 2-25 ਦੇ ਫੈਕਟਰ ਨਾਲ ਸਕੇਲ ਰਿਵਾਈਜ਼ ਕਰ ਦਿਉ। ਉਹ 2-25 ਸਾਡੇ 'ਤੇ ਐਡਾ ਵੱਡਾ ਕੁਹਾੜਾ ਹੈ ਕਿ ਉਹਦੇ ਨਾਲ ਸਾਡੀ ਤਨਖਾਹ ਦੇ ਜਿਹੜੇ 1-12-11 ਸਕੇਲ ਸੀ ਉਹ ਆਟੋਮੈਟਿਕ ਹੀ ਖਤਮ ਹੋ ਗਏ। ਉਹਦੇ ਨਾਲ ਸਾਨੂੰ ਤਨਖਾਹਾਂ ਵਧਣ ਦੀ ਬਜਾਏ 3-3, 4-4 ਹਜ਼ਾਰ ਘੱਟ ਰਹੀ ਹੈ। ਇੱਥੋਂ ਤੱਕ ਵੀ ਮੈਂ ਦੱਸਦਾ ਤੁਹਾਨੂੰ ਕਿ ਜਿਹੜੇ ਬੰਦੇ ਵਿਚਾਰੇ ਸਰਕਾਰੀ ਕੁਆਟਰਾਂ 'ਚ ਰਹਿੰਦੇ ਨੇ, ਸਰਕਾਰੀ ਕੁਆਟਰ ਜਿਹੜੇ ਮੁਲਾਜ਼ਮਾਂ ਦੇ ਵੈਲਫੇਅਰ ਲਈ ਹੁੰਦੇ ਨੇ, ਅਤੇ ਸਰਕਾਰਾਂ ਵੈਲਫੇਅਰ ਲਈ ਇਹਨਾਂ ਨੂੰ ਵੀ, ਤਾਂ ਜੋ ਇਹਨਾਂ ਦੀ ਮਾਰਕੀਟ ਦੇ ਵਿੱਚ ਜਿਹੜੇ ਪ੍ਰਾਈਵੇਟ ਮਕਾਨ ਨੇ ਉਹਨਾਂ 'ਚ ਲੁੱਟ ਨਾ ਹੋਵੇ, ਉਹਨਾਂ ਕਰਕੇ ਅਲਾਟ ਕੀਤੇ ਜਾਂਦੇ ਨੇ। ਪਰ ਇਹਨਾਂ ਇੱਥੇ ਸਰਕਾਰ ਨੇ ਉਹ ਮਾਰਕੀਟ ਰੇਟ ਤੋਂ ਵੀ ਉੱਤੇ ਚਲਿਆ ਗਿਆ ਇਹਨਾਂ ਦਾ ਜਿਹੜਾ ਸਿਸਟਮ ਹੈ। ਇਹਨਾਂ ਨੇ ਕੀ ਕੀਤਾ, ਜਿਹੜਾ ਬੰਦਾ ਸਰਕਾਰੀ ਕੁਆਟਰ 'ਚ ਰਹਿ ਰਿਹਾ ਉਹਦੀ 4-4 ਹਜ਼ਾਰ ਰੁਪਇਆ ਤਨਖਾਹ ਮੌਜੂਦਾ ਨਾਲੋਂ ਘੱਟ ਰਹੀ ਹੈ। ਅਸੀਂ 15 ਸਾਲ ਇੱਕ ਆਸ ਰੱਖੀ ਸੀ ਵੀ 15 ਸਾਲ ਹੋ ਗਏ ਸਾਡੇ ਸਕੇਲ ਰਿਵਾਈਜ਼ ਹੋਏ ਨੂੰ, ਅੱਜ ਸਾਨੂੰ ਆਸ ਜਾਗੀ ਸੀ ਵੀ ਸਾਨੂੰ ਸਕੇਲ ਵਧਣਗੇ, ਸਾਡੇ 5-5-7-10 ਹਜ਼ਾਰ ਸਾਡੇ ਸਕੇਲ ਵਧਣਗੇ, ਅਸੀਂ ਉਹਦੇ ਲਈ ਕੋਈ ਅੱਛੀ ਪ੍ਰੋਗਰੈਸ ਕਰਾਂਗੇ। ਪਰ ਬੜਾ ਹੀ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਹਨਾਂ ਦੀ ਰਾਜਨੀਤੀ ਦੇ ਵਿੱਚ ਸਾਡਾ ਮੁਲਾਜ਼ਮ ਭਾਈਚਾਰਾ ਜਮੀ ਪਿੱਸਿਆ ਗਿਆ, ਅਤੇ ਉਹਦੀਆਂ ਤਨਖਾਹਾਂ ਮੌਜੂਦਾ ਤੋਂ ਵੀ 4-4 ਹਜ਼ਾਰ ਘੱਟ ਗਈਆਂ, ਜਿਹਨੂੰ ਅਸੀਂ ਕਿਸੇ ਵੀ ਲੈਵਲ 'ਤੇ ਬਰਦਾਸ਼ਤ ਨਹੀਂ ਕਰਾਂਗੇ। ਚਾਹੇ ਇਹਦੇ ਲਈ ਸਾਨੂੰ ਜੋ ਵੀ ਕਰਨਾ ਪਿਆ ਅਸੀਂ ਕਰਾਂਗੇ, ਸਾਡੀ ਜਥੇਬੰਦੀ ਜੋ ਵੀ ਨਿਰਦੇਸ਼ ਦੇਊਗੀ ਅਸੀਂ ਉਹਦੇ ਲਈ ਲੜਾਂਗੇ। ਥੈਂਕ ਯੂ। ਰਾਜ ਕੁਮਾਰ ਅਰੋੜਾ, ਪੈਨਸ਼ਨ ਵੈਲਫੇਅਰ ਐਸੋਸੀਏਸ਼ਨ ਦਾ ਸਟੇਟ ਦਾ ਪ੍ਰੈਜੀਡੈਂਟ ਹਾਂ ਜੀ। ਸਭ ਤੋਂ ਪਹਿਲਾਂ ਤਾਂ ਮੈਂ BBC ਇੰਡੀਆ ਦਾ ਧੰਨਵਾਦ ਕਰਦਾ, ਜਿਹੜੇ ਕਿ ਸਮੇਂ ਸਮੇਂ 'ਤੇ ਮੁਲਾਜ਼ਮਾਂ, ਮਜ਼ਦੂਰਾਂ, ਵਿਦਿਆਰਥੀਆਂ, ਕਿਸਾਨਾਂ ਅਤੇ ਪੈਨਸ਼ਨਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਉਂਦੇ ਨੇ, ਅਫਸਰਸ਼ਾਹੀ ਤੱਕ ਪਹੁੰਚਾਉਂਦੇ ਨੇਗੇ। 2000 ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਇਸ ਕੈਪਟਨ ਸਰਕਾਰ ਨੇ, ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀ ਕਿ ਮੈਂ ਸਾਡੀ ਸਰਕਾਰ ਆਉਣ 'ਤੇ ਤੁਹਾਨੂੰ ਦਰਿਆਂ 'ਤੇ ਨਹੀਂ ਬੈਠਣ ਦਿਆਂਗਾ, ਤੁਹਾਨੂੰ ਧਰਨੇ ਮੁਜ਼ਾਹਰੇ ਨਹੀਂ ਕਰਨ ਦੀ ਲੋੜ ਨਹੀਂ ਪੈਣੀ, ਤੁਹਾਡੀਆਂ ਮੰਗਾਂ ਸਾਰੀਆਂ ਮੰਨ ਲਈਆਂ ਜਾਣਗੀਆਂ, ਤੁਹਾਨੂੰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਦੀ ਪੈਨਸ਼ਨ ਬਹਾਲ ਕੀਤੀ ਜਾਊਗੀ, ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਤੁਰੰਤ ਲਾਗੂ ਕੀਤੀਆਂ ਜਾਣਗੀਆਂ, ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣਗੇ, ਉਹਦੇ ਨਾਲ DA ਦੀਆਂ ਕਿਸ਼ਤਾਂ ਦਾ ਬਕਾਇਆ ਅਤੇ DA ਦੀਆਂ ਕਿਸ਼ਤਾਂ ਜੋ ਬਕਾਇਆ ਨੇ ਉਹ ਸਾਰੀਆਂ ਨਕਦ ਦੇ ਦਿੱਤੀਆਂ ਜਾਣਗੀਆਂ। ਉਹਦੇ ਨਾਲ ਹੀ ਕਈ ਮੰਗਾਂ ਇਹਨਾਂ ਨੇ ਕਹੀਆਂ ਸੀ ਤੁਹਾਡੀਆਂ ਮੰਨ ਲਈਆਂ ਜਾਣਗੀਆਂ, ਮੈਡੀਕਲ ਪੱਤੇ 'ਚ ਵਾਧਾ ਕਰਨਾ ਹੀ ਮੰਨਿਆ ਸੀ ਇਹਨਾਂ ਨੇ।
ਸਾਢੇ ਚਾਰ ਸਾਲ ਤੋਂ ਬਾਅਦ ਹੁਣ ਪੇ ਕਮਿਸ਼ਨ ਜਿਹੜਾ ਦੀਆਂ ਸਿਫਾਰਸ਼ਾਂ ਲਈਆਂ ਨੇਗੀਆਂ, ਜੋ ਪੇ ਕਮਿਸ਼ਨ ਨੇ ਸਿਫਾਰਸ਼ਾਂ ਲਾਗੂ ਕਰਨ ਲਈ ਕਿਹਾ ਹੈ, ਉਹਦੇ ਉੱਤੇ ਵੀ ਕੱਟ ਲਗਾ ਦਿੱਤਾ ਗਿਆ। ਮੁਲਾਜ਼ਮਾਂ ਨੂੰ ਇਹਦੇ ਨਾਲ ਬੜਾ ਨੁਕਸਾਨ ਹੋਇਆ, ਪੈਨਸ਼ਨਰਾਂ ਨੂੰ ਬੜਾ ਨੁਕਸਾਨ ਹੋਇਆ। ਇਹਦੇ ਵਿੱਚ ਮੁਲਾਜ਼ਮਾਂ ਦੀਆਂ ਤਨਖਾਹਾਂ ਘੱਟ ਗਈਆਂ ਨੇ, ਜੋ ਸਿਫਾਰਸ਼ਾਂ ਕੀਤੀਆਂ ਪੇ ਕਮਿਸ਼ਨ ਨੇ ਉਹ ਲਾਗੂ ਨਹੀਂ ਕੀਤੀਆਂ ਗਈਆਂ। ਪੇ ਕਮਿਸ਼ਨ ਨੇ ਕਿਹਾ ਸੀ ਕਿ ਮੈਡੀਕਲ ਪੱਤਾ 1000 ਕਰਤਾ ਜਾਵੇ, ਪਰੰਤੂ ਇਹਨਾਂ ਨੇ 500 ਹੀ ਰਹਿਣ ਦਿੱਤਾ। ਕਈ ਪੱਤੇ ਇਹਨਾਂ ਨੇ ਘਟਾ ਦਿੱਤੇ, ਜਿਸ ਕਰਕੇ ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਪੈਨਸ਼ਨਰਾਂ ਦੇ 'ਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਮਨਿਸਟਰੀ ਦੇ ਮੁਲਾਜ਼ਮ 22 ਤਰੀਕ ਤੋਂ ਲਗਾਤਾਰ ਕਲਮ ਛੋੜ ਹੜਤਾਲ ਕਰ ਰਹੇ ਨੇ। ਸਾਰੇ ਪੰਜਾਬ ਦੇ 'ਚ ਕੰਮਕਾਜ ਠੱਪ ਪਿਆ। ਜੇ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਆਉਣ ਵਾਲੇ ਦਿਨਾਂ 'ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ। ਸਮੁੱਚੇ ਪੈਨਸ਼ਨਰ ਇਹਨਾਂ ਦਾ ਸਾਥ ਦੇਣਗੇ। ਦੂਜੀ ਗੱਲ, ਪੰਜਾਬ ਸਰਕਾਰ ਦੀ ਮਾੜੀ ਨੀਅਤ, ਸਫਾਈ ਸੇਵਕ ਜਿਹੜੇ ਨੇ ਹੜਤਾਲ 'ਤੇ ਨੇਗੇ। ਅੱਜ ਸ਼ਹਿਰ ਦੇ ਵਿੱਚ, ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ 'ਤੇ ਗੰਦ ਖਿੰਡਿਆ ਪਿਆ, ਗੰਦ ਨੂੰ ਅੱਗ ਲਗਾ ਦਿੱਤੀ ਜਾਂਦੀ, ਧੂੰਆਂ ਦਾ ਨੁਕਸਾਨ ਕਰ ਰਿਹਾ ਹੈ। ਪਹਿਲਾਂ ਹੀ ਲੋਕ ਕਰੋਨਾ ਮਹਾਂਮਾਰੀ ਕਾਰਨ ਪਰੇਸ਼ਾਨ ਨੇ, ਕਰੋਨਾ ਮਹਾਂਮਾਰੀ ਕਾਰਨ ਕਈਆਂ ਜਾਨਾਂ ਜਾ ਚੁੱਕੀਆਂ ਨੇਗੀਆਂ, ਬਹੁਤ ਤਕਲੀਫ ਦੇ ਵਿੱਚ ਨੇ। ਦੂਸਰਾ, ਹੁਣ ਜੋ ਜਗ੍ਹਾ ਜਗ੍ਹਾ 'ਤੇ ਗੰਦ ਖਿੰਡ ਗਿਆ, ਸਫਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ। ਆਉਣ ਵਾਲੇ ਦਿਨਾਂ 'ਚ ਬਰਸਾਤਾਂ ਹੋਣੀਆਂ ਨੇ, ਇਹ ਬਿਮਾਰੀਆਂ ਹੋਰ ਫੈਲਣਗੀਆਂ। ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਕਿ ਸਫਾਈ ਸੇਵਕਾਂ ਦੀਆਂ ਵੀ ਅਤੇ ਬਾਕੀ ਜੋ ਜਥੇਬੰਦੀਆਂ ਸੰਘਰਸ਼ ਕਰ ਰਹੀਆਂ ਉਹਨੇ ਤੁਰੰਤ ਮੰਗਾਂ ਮੰਨਣ, ਨਹੀਂ ਆਉਣ ਵਾਲੀਆਂ 2022 ਦੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਸਬਕ ਸਿਖਾਵਾਂਗੇ। ਕੀ ਨਾਮ ਹੈ? ਮੈਂ ਬਲਵਿੰਦਰ ਸੋਹੀ ਜੀ, ਖਜ਼ਾਨਾ ਦਫ਼ਤਰ 'ਚ ਕੰਮ ਕਰਦੀ ਹਾਂ ਅਤੇ ਖਜ਼ਾਨਾ ਦਾ ਜ਼ਿਲ੍ਹਾ ਪ੍ਰਧਾਨ। ਹਾਂਜੀ, ਜਿਵੇਂ ਸਾਨੂੰ ਪਰਸੋਂ ਨੂੰ ਪਤਾ ਹੀ ਹੈ, ਇੰਨੇ ਦਿਨਾਂ ਤੋਂ 22 ਤੋਂ ਸਾਡੀ ਸਟ੍ਰਾਈਕ ਚੱਲ ਰਹੀ ਹੈ, ਸੋਸ਼ਲ ਮੀਡੀਆ 'ਤੇ ਵੀ ਚੱਲ ਰਹੀ ਹੈ, ਅਖਬਾਰਾਂ 'ਚ ਵੀ ਆ ਰਿਹਾ ਹੈ। ਜਿਹੜਾ ਇਹਨਾਂ ਨੇ ਹੁਣ ਪੇਸ਼ੇਮਾ ਪੇ ਕਮਿਸ਼ਨ ਦਿੱਤਾ ਜੀ, ਉਹ ਸਾਨੂੰ ਮਨਜ਼ੂਰ ਨਹੀਂ ਹੈਗਾ, ਉਹ ਸਾਡੇ ਬਿਲਕੁਲ ਹੱਕ 'ਚ ਨਹੀਂ ਹੈਗਾ। ਸਗੋਂ ਸਾਨੂੰ ਉਹਨਾਂ ਦੇ ਵਿੱਚ ਤਨਖਾਹਾਂ ਵਧਣ ਦੀ ਬਜਾਏ ਸਾਡੀਆਂ ਘੱਟ ਰਹੀਆਂ ਨੇ। ਇਸ ਕਰਕੇ ਸਾਰੇ ਮੁਲਾਜ਼ਮਾਂ ਦੇ ਵਿੱਚ, ਸਮੁੱਚੇ ਪੰਜਾਬ ਦੇ ਮੁਲਾਜ਼ਮਾਂ ਦੇ ਅਤੇ ਹਰ ਵਰਗ ਦੇ ਮੁਲਾਜ਼ਮਾਂ ਵਿੱਚ ਰੋਸ ਪਾਇਆ ਜਾਂਦਾ, ਇਸ ਲਈ ਅਸੀਂ ਸੜਕਾਂ 'ਤੇ ਆਏ ਹਾਂ, ਸਰਕਾਰ ਦੇ ਖਿਲਾਫ਼ ਨਾਅਰੇਬਾਜ਼ੀ ਕਰਦੇ ਹਾਂ ਅਤੇ ਕਰਦੇ ਰਹਾਂਗੇ।